ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਅਮਰ ਤੇ ਰਾਹ ਪਰਦੇਸਾਂ ਨੂੰ ਦਾ ਇੱਕ ਹੋਰ ਉਮੀਦ ਭਰਾ ਐਪੀਸੋਡ ਲੈ ਕੇ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਹਾਜ਼ਰ ਹਾਂ ਜੇ ਅੱਜ ਸਾਡੇ ਦਰਸ਼ਕ USA ਜਾਣਾ ਚਾਹੁੰਦੇ ਨੇ ਤੇ ਇਹ ਤੁਹਾਡੇ ਲਈ ਇੱਕ ਸੁਨਹਿਰਾ ਐਪੀਸੋਡ ਹੈ ਕਿਉਂਕਿ ਸਾਡੇ ਨਾਲ ਨੇ ਬੈਂਚਮਾਰਕ ਐਬਰੋਡ ਤੋਂ ਪਰਮਪ੍ਰੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਸਰ ਸਰ ਤੁਹਾਡਾ ਮਾਰਕੀਟ ਦੇ ਵਿੱਚ ਇੱਕ ਬਹੁਤ ਵੱਡਾ ਨਾਂ ਹੈ ਸਪੈਸ਼ਲੀ ਉਹ ਬੱਚਿਆਂ ਲਈ ਜਿਹੜਾ ਕਿ ਕਿਸੇ ਵੀ ਕਾਰਨਵਸ਼ ਓਬਸਟ੍ਰਕਸ਼ਨਸ ਨਾਲ USA ਨਹੀਂ ਜਾ ਪਾਉਂਦੇ ਤੁਹਾਡਾ ਫੋਰਟੇ ਹੈ ਕਿ ਤੁਸੀਂ ਉਹਨਾਂ ਨੂੰ USA ਬੜੀ ਆਸਾਨੀ ਨਾਲ ਭੇਜ ਦਿੰਦੇ ਹੋ ਸਟੂਡੈਂਟ ਵੀਜ਼ਾਸ ਲਵਾ ਕੇ ਅਤੇ ਸਰ ਅੱਜ ਸਾਡੇ ਜਿਹੜੇ ਦਰਸ਼ਕ ਨੇ ਮੋਸਟਲੀ ਜਿਹੜੇ ਕਿ USA ਜਾਣਾ ਚਾਹੁੰਦੇ ਉਹ ਬਹੁਤ ਉਮੀਦ ਭਰ ਕੇ ਤੁਹਾਨੂੰ ਸੁਣਨ ਵਾਲੇ ਨੇ ਦੇਖੋ ਅਮਰ ਜੀ ਤੁਸੀਂ ਗੱਲ ਕੀਤੀ ਕਿ ਸਾਡਾ ਇੱਕ ਨਾਮ ਹੈ ਚਲੋ ਚੰਗਾ ਲੱਗਦਾ ਆ ਸੁਣ ਕੇ ਜਦੋਂ ਲੋਕ ਕਹਿੰਦੇ ਕਿ ਸਾਡਾ ਇੱਕ ਨਾਮ ਹੈ ਉਹ ਨਾਮ ਬਣਾਉਣਾ ਪੈਂਦਾ ਹੈ ਤਕਰੀਬਨ 17-18 ਸਾਲ ਦੀ ਮਿਹਨਤ ਉੱਤੇ ਲੱਗੀ ਹੈ ਸਾਨੂੰ ਇਸ ਗੱਲ 'ਤੇ ਵੀ ਇੱਕ ਪ੍ਰਾਊਡ ਫੀਲ ਹੁੰਦਾ ਆ ਕਿ ਸਾਨੂੰ ਲੱਖਾਂ ਰੁਪਏ ਐਡਾਂ 'ਤੇ ਨਹੀਂ ਲਾਉਣੇ ਪੈਂਦੇ ਸਾਡੇ ਕੋਲ ਰੈਫਰੈਂਸ ਬੇਸਡ ਹੀ ਕਲਾਇੰਟ ਕਾਫੀ ਸਾਰਾ ਆ ਸੋ ਜਿਨ੍ਹਾਂ ਦੇ ਕੰਮ ਕਰਾਉਂਦੇ ਹਾਂ ਤਾਂ ਹੀ ਸਾਡੇ ਰੈਫਰੈਂਸ ਬਣਦੇ ਆ ਜੇ ਅਸੀਂ ਬਾਕੀਆਂ ਦੀ ਤਰ੍ਹਾਂ ਸਿਰਫ ਪੈਸੇ ਲੈ ਕੇ ਕੰਮ ਨਾ ਕਰਾਈਏ ਤਾਂ ਫਿਰ ਉਹ ਕਦੀ ਰੈਫਰੈਂਸ ਨਹੀਂ ਬਣ ਸਕਦਾ ਫਿਰ ਤਾਂ ਸਾਡੀਆਂ ਕੰਪਲੇਂਟਾਂ ਹੀ ਤੁਰਨਗੀਆਂ ਥਾਣਿਆਂ ਦੇ ਵਿੱਚ ਸੋ ਅਸੀਂ ਪ੍ਰਾਊਡ ਫੀਲ ਕਰਦੇ ਹਾਂ ਵੀ ਇੱਦਾਂ ਦੀ ਚੀਜ਼ ਜਿਹੜੀ ਹੈ ਇੱਕ ਕਿਉਂਕਿ ਅਸੀਂ ਕਿਸੇ ਬੱਚੇ ਦਾ ਜਿਹੜਾ ਸਾਡੇ ਹੱਥ 'ਚ ਕਰੀਅਰ ਹੁੰਦਾ ਆ ਉਹਨੂੰ ਉਹਦੇ ਸੋਚ ਦੇ ਅਨੁਸਾਰ ਉਹਦੇ ਡ੍ਰੀਮ ਦੇ ਅਨੁਸਾਰ ਅਸੀਂ ਉਹਦੇ 'ਤੇ ਕੰਮ ਕਰੀਦਾ ਤਾਂ ਕਿ ਉਹ ਆਪਣਾ ਡ੍ਰੀਮ ਅਚੀਵ ਕਰੇ ਬੈਂਚਮਾਰਕ ਐਬਰੋਡ ਦਾ ਨਾਮ ਜਿੱਥੇ ਆਉਂਦਾ ਆ ਉੱਥੇ USA ਦੀ ਗੱਲ ਹੁੰਦੀ ਹੈ ਜਿੱਥੇ USA ਪੜ੍ਹਨ ਦੀ ਗੱਲ ਹੁੰਦੀ ਹੈ ਉੱਥੇ ਬੈਂਚਮਾਰਕ ਐਬਰੋਡ ਦਾ ਨਾਮ ਆਉਂਦਾ ਆ ਸੋ ਬਹੁਤ ਤਕਰੀਬਨ 17-18 ਸਾਲਾਂ ਦੇ ਵਿੱਚ ਅਸੀਂ ਹਜ਼ਾਰਾਂ ਬੱਚੇ USA ਦੀ ਡਿਫਰੈਂਟ ਯੂਨੀਵਰਸਿਟੀਜ਼ ਦੇ ਵਿੱਚ ਭੇਜ ਚੁੱਕੇ ਹਾਂ ਅਤੇ ਜਿਹੜੇ ਕਿ ਉੱਥੇ ਸਕਸੈਸਫੁਲੀ ਅੱਜ ਸੈਟਲ ਵੀ ਨੇ ਬੈਂਚਮਾਰਕ ਅਬਰੋਡ ਦੇ ਜਿਹੜੇ ਨੰਬਰਸ ਨੇ ਉਹ ਲਗਾਤਾਰ ਡਿਊਰਿੰਗ ਦੀ ਹੋਲ ਐਪੀਸੋਡ ਸਕਰੀਨ ਦੇ ਉੱਤੇ ਫਲੈਸ਼ ਹੁੰਦੇ ਰਹਿਣਗੇ ਇਹਨਾਂ ਦੇ ਦੋਨੋਂ ਬ੍ਰਾਂਚਸ ਦੇ ਨੰਬਰਸ ਕਿਉਂਕਿ ਜੇ ਤੁਸੀਂ USA ਜਾਣਾ ਚਾਹੁੰਦੇ ਹੋ ਸਹੀ ਤਰੀਕੇ ਨਾਲ ਬਿਕੋਜ਼ ਮਾਰਕੀਟ ਦੇ ਵਿੱਚ ਬਹੁਤ ਸਾਰੀ ਕੰਪਨੀਜ਼ ਨੇ ਜਿਹੜੇ ਕਲੇਮ ਕਰਦੀਆਂ ਨੇ USA ਭੇਜਣ ਦੀਆਂ ਲੇਕਿਨ ਗਲਤ ਤਰੀਕੇ ਨਾਲ ਜਾਂ ਉਹਨਾਂ ਦਾ ਇੰਨਾ ਔਥੈਂਟਿਕ ਵੇ ਨਹੀਂ ਹੈ ਲੇਕਿਨ ਬੈਂਚਮਾਰਕ ਅਬਰੋਡ ਤੁਹਾਨੂੰ ਇੱਕ ਬਿਲਕੁਲ ਔਥੈਂਟਿਕ ਅਤੇ ਲੈਜੀਟੀਮੇਟ ਵੇ ਨਾਲ ਬਾਹਰ ਭੇਜਦਾ USA ਸਪੈਸ਼ਲੀ ਅਤੇ ਸਰ ਜਿਹੜਾ ਅਸੀਂ ਬੈਂਡਸ ਬਾਰੇ ਗੱਲ ਕਰਦੇ ਨੇ ਕੈਨੇਡਾ ਆਸਟ੍ਰੇਲੀਆ ਇੱਕ ਡਰ ਹੈ ਬੈਂਡਸ ਨੂੰ ਲੈ ਕੇ ਅਤੇ ਸਰ USA ਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਕਿੰਨੇ ਮਿਨੀਮਮ ਜਿਹੜੇ ਬੈਂਡਸ ਨੇ ਰਿਕੁਆਇਰਮੈਂਟ ਇੱਥੇ ਅਮਰ ਜੀ ਮੈਂ ਨਾ ਇੱਕ ਗੱਲ ਨੂੰ ਤੁਹਾਡੀ ਥੋੜ੍ਹੀ ਜਿਹੀ ਪਕੜਨਾ ਚਾਹੁੰਦਾ ਹਾਂ ਬਹੁਤ ਸਾਰੇ ਬੱਚੇ ਆਈਲੈਟਸ ਸੈਂਟਰਾਂ ਦੇ ਵਿੱਚ ਵਾਰ ਵਾਰ ਜਾ ਰਹੇ ਨੇ ਆਪਣੀ ਤਿਆਰੀ ਕਰਦੇ ਨੇ ਕੈਨੇਡਾ ਆਸਟ੍ਰੇਲੀਆ ਨੂੰ ਮੁੱਖ ਰੱਖ ਕੇ ਕਿ 6-6.5 ਬੈਂਡ ਦੀ ਰਿਕੁਆਇਰਮੈਂਟ ਰਹਿੰਦੀ ਹੈ 6 ਈਚ ਦੀ ਰਿਕੁਆਇਰਮੈਂਟ ਪਿੱਛੇ ਹੋ ਗਈ ਕੈਨੇਡਾ ਦੀ ਸੋ ਬੱਚੇ ਵਾਰ ਵਾਰ ਕਈ ਵਾਰੀ ਆਈਲੈਟਸ ਦਾ ਇਗਜ਼ਾਮ ਦੇ ਕੇ ਉਸ ਬੈਂਡ ਨੂੰ ਨਹੀਂ ਅਚੀਵ ਕਰ ਪਾਉਂਦੇ ਸੋ ਉਹ ਜੇ ਕੰਸਲਟੈਂਟਸ ਦੇ ਕੋਲ ਜਾਂਦੇ ਆ ਉਹਨਾਂ ਨੂੰ ਸਿੰਗਾਪੁਰ ਜਾਂ ਸਾਈਪ੍ਰਸ ਦਾ ਰਸਤਾ ਦਿਖਾ ਦਿੰਦੇ ਆ ਇਹ ਕਹਿ ਕੇ ਕਿ ਉੱਥੋਂ ਤੁਸੀਂ ਆਸਟ੍ਰੇਲੀਆ ਚਲੇ ਜਾਓਗੇ ਉੱਥੋਂ ਤੁਸੀਂ ਕੈਨੇਡਾ ਚਲੇ ਜਾਓਗੇ ਵੱਡੀ ਕੰਟਰੀ ਜਾਣੀ ਅਗਰ ਤੁਹਾਡੀ ਸੋਚ ਹੈ ਵੱਡੀ ਕੰਟਰੀ ਜਾਣਾ ਚਾਹੁੰਦੇ ਹੋ USA ਤੁਹਾਨੂੰ ਵੈਲਕਮ ਕਰਦਾ ਬਿਨਾਂ ਆਈਲੈਟਸ ਦੇ ਇਹ ਤੁਹਾਡੇ ਲਈ ਇੱਕ ਬੜਾ ਵੱਡਾ ਰਿਲੀਫ ਭਰਿਆ ਹੋਏਗਾ ਸੁਣਨਾ ਕਿ ਬਿਨਾਂ ਆਈਲੈਟਸ ਦੇ ਤੁਸੀਂ ਜਿਹੜਾ ਆ ਉਹ USA ਦਾ ਰੁਖ ਕਰ ਸਕਦੇ ਹੋ ਅਗਰ ਤੁਸੀਂ ਆਈਲੈਟਸ 'ਚ ਘੱਟ ਬਹਿਣ ਲਏ ਆ PTE ਕੀਤੀ ਹੈ ਨਹੀਂ ਵੀ ਕੀਤੀ ਬੈਂਚਮਾਰਕ ਐਬਰੋਡ ਦੇ ਨੰਬਰ ਨੂੰ ਨੋਟ ਕਰ ਲਓ ਜਿਹੜਾ ਕਾਲ ਸੈਂਟਰ ਦਾ ਸਾਡਾ ਨੰਬਰ ਆ 95-92-33-7400 ਇਹ ਤੁਹਾਡੀ ਜ਼ਿੰਦਗੀ ਬਦਲ ਸਕਦਾ ਆ ਇਹ ਨੰਬਰ ਨੂੰ ਯਾਦ ਕਰ ਲਓ ਇੱਥੇ ਡਾਇਲ ਕਰੋ ਅਤੇ ਆਪਣਾ ਜਿਹੜਾ USA ਦੇ ਵਿੱਚ ਪੜ੍ਹਨ ਦਾ ਸੁਪਨਾ ਹੈ ਉਹਨੂੰ ਸਾਕਾਰ ਕਰ ਸਕਦੇ ਹੋ ਬਹੁਤ ਹੀ ਵਧੀਆ ਗੱਲ ਸਰ ਨੇ ਦੱਸੀ ਹੈ ਕਿ ਜੇ ਤੁਸੀਂ ਬਾਹਰ ਜਾ ਕੇ ਪੜ੍ਹਨਾ ਸਪੈਸ਼ਲੀ USA ਜਿਹਨੂੰ ਡ੍ਰੀਮ ਕੰਟਰੀ ਵੀ ਕਿਹਾ ਜਾਂਦਾ ਹੈ ਬੜੇ ਲੋਕ ਆਪਣੇ ਜਾ ਕੇ ਉੱਥੇ ਸੁਪਨੇ ਪੂਰੇ ਕਰਦੇ ਨੇ ਅਤੇ ਤੁਸੀਂ ਕੁਛ ਵੀ ਜ਼ਿਆਦਾ ਨਹੀਂ ਕਰਨਾ ਹੈ ਬਸ ਬੈਂਚਮਾਰਕ ਅਬਰੋਡ ਦੇ ਜਿਹੜੇ ਨੰਬਰ ਸਾਹਮਣੇ ਫਲੈਸ਼ ਹੋ ਰਹੇ ਨੇ ਉਹਨਾਂ ਨੂੰ ਕਾਲ ਕਰ ਸਕਦੇ ਹੋ ਪਰਮਪ੍ਰੀਤ ਸਿੰਘ ਜੀ ਨੂੰ ਮਿਲ ਸਕਦੇ ਅਤੇ ਸਰ ਨੇ ਮੈਨੂੰ ਇੱਕ ਗੱਲ ਆਫ ਕੈਮਰਾ ਇੱਕ ਬਹੁਤ ਵਧੀਆ ਦੱਸੀ ਕਿ ਇਹਨਾਂ ਕੋਲ ਇੱਕ ਫੁੱਲ ਫਲੈਸ਼ ਟੀਮ ਹੈ ਕਿ ਜਿਵੇਂ ਆਈਲਸ ਨਹੀਂ ਵੀ ਚਾਹੀਦਾ ਹੁੰਦਾ ਪਰ ਜੇ ਤੁਸੀਂ ਇੰਗਲਿਸ਼ ਸਪੀਕਿੰਗ ਦੇ ਵਿੱਚ ਜਾਣਾ ਚਾਹੁੰਦੇ ਹੋ ਜਾਂ ਤੁਹਾਨੂੰ ਪਰਸਨੈਲਿਟੀ ਡਿਵੈਲਪਮੈਂਟ ਕਰਾਉਣਾ ਚਾਹੁੰਦੇ ਹੋ ਤਾਂ ਉਹਦੇ ਬਾਰੇ ਸਾਡੇ ਦਰਸ਼ਕ ਹਾਂਜੀ ਇਹ ਬਹੁਤ ਜ਼ਰੂਰੀ ਹੈ ਜਿਹੜੀ ਆਪਾਂ ਆਫ ਕੈਮਰਾ ਆਫ ਸਕਰੀਨ ਗੱਲ ਕਰ ਰਹੇ ਸੀਗੇ ਕਿ ਬਹੁਤ ਸਾਰੇ ਕੰਸਲਟੈਂਟ ਇਸ ਟਾਈਮ USA ਨੂੰ ਲੈ ਕੇ ਐਕਟਿਵ ਹੋ ਗਏ ਇੱਕ ਭੇਡ ਚੱਲ ਪੈਂਦੀ ਹੈ ਜੇ ਕੈਨੇਡਾ ਚੱਲਣਾ ਸ਼ੁਰੂ ਹੁੰਦਾ ਸਾਰੇ ਕੈਨੇਡਾ ਵੱਲ ਤੁਰ ਪੈਂਦੇ ਆ ਨਿਊਜ਼ੀਲੈਂਡ ਚੱਲਣਾ ਸ਼ੁਰੂ ਹੋਇਆ ਨਿਊਜ਼ੀਲੈਂਡ ਸਾਰੇ ਕੰਸਲਟੈਂਟ ਪ੍ਰਮੋਟ ਕਰਨਾ ਸ਼ੁਰੂ ਹੋ ਗਏ UK ਪ੍ਰਮੋਟ ਕਰਨਾ ਸ਼ੁਰੂ ਹੋ ਗਏ ਅਸੀਂ ਪਿਛਲੇ 17-18 ਸਾਲਾਂ ਤੋਂ ਸਾਰੀਆਂ ਕੰਟਰੀਆਂ ਪ੍ਰਮੋਟ ਕਰ ਰਹੇ ਹਾਂ ਪਰ USA ਦੇ ਵਿੱਚ ਸਾਡਾ ਕੋਈ ਕੰਪੀਟੀਟਰ ਨਹੀਂ ਹੈ ਮੈਂ ਚੈਲੰਜ ਦੇ ਨਾਲ ਕਹਿੰਦਾ ਹਾਂ ਪੰਜਾਬ ਹਰਿਆਣਾ ਮਾਰਕੀਟ ਦੇ ਵਿੱਚ ਬੈਂਚਮਾਰਕ ਐਬਰੋਡ ਦਾ ਕੋਈ ਕੰਪੀਟੀਟਰ ਨਹੀਂ ਹੈ ਤੁਸੀਂ ਕਿਤੇ ਵੀ ਜਾ ਕੇ ਆਪਣੀ ਫਾਈਲ ਦੇ ਦਿਓ ਉਸ ਤੋਂ ਬਾਅਦ ਉਹਨਾਂ ਦੇ ਨਾਲ ਗੱਲ ਕਰੋ ਉਹਨਾਂ ਨੂੰ ਦੱਸੋ ਕਿਹੜੀ ਯੂਨੀਵਰਸਿਟੀ ਤੁਸੀਂ ਸਾਨੂੰ ਭੇਜ ਸਕਦੇ ਆ ਜੇ ਇੰਟਰਵਿਊ ਦੀ ਗੱਲ ਕਰੋਗੇ ਕੀ ਇੰਟਰਵਿਊ 'ਚ ਪੁੱਛਿਆ ਜਾਂਦਾ ਜਾਂ ਕੀਤਾ ਜਾਂਦਾ ਤੁਹਾਨੂੰ ਇੱਕ ਪੰਨਾ ਫੜਾ ਦੇਣਾ ਉਹਨਾਂ ਨੇ ਇੱਕ ਪੇਪਰ ਹੁੰਦਾ ਆ ਉਹ ਫੜਾ ਦਿੰਦੇ ਆ ਜੀ ਆਹ ਤਿਆਰੀ ਕਰ ਲਿਆ ਜੇ ਅਤੇ ਅੰਬੈਸੀ ਚਲੇ ਜਾਇਆ ਜੇ ਅਸੀਂ ਬੱਚਿਆਂ ਦੇ 2-2.5-2.5 ਮਹੀਨੇ ਮਿਹਨਤ ਕਰਦੇ ਇੱਕ ਸਪੈਸ਼ਲਾਈਜ਼ ਟੀਮ ਹੈ ਮੇਰੇ ਕੋਲ ਜਿਹੜੀ ਕਿ ਤੁਹਾਡੇ ਝਾਕੇ ਨੂੰ ਤੋੜਦੀ ਹੈ ਕਿਉਂਕਿ ਜਿਹੜੇ +2 ਦੇ ਕੀਤੇ ਹੋਏ ਬੱਚੇ ਹੁੰਦੇ ਆ ਉਹਨਾਂ ਦਾ ਜਿਹੜਾ ਰਾਬਤਾ ਕਾਇਮ ਹੋਇਆ ਹੁੰਦਾ ਆ ਹਾਲੇ ਤੱਕ ਸਿਰਫ ਕੁਝ ਰਿਸ਼ਤੇਦਾਰਾਂ ਤੱਕ ਕੁਝ ਆਪਣੇ ਸਕੂਲ ਟੀਚਰਸ ਤੱਕ ਤਾਂ ਕੁਝ ਦੋਸਤਾਂ ਤੱਕ ਇਸ ਤੋਂ ਬੇਗਾਨੇ ਬੰਦੇ ਦੇ ਨਾਲ ਗੱਲ ਕਰਨ 'ਚ ਉਹਨਾਂ
ਉਹਨਾਂ ਨੂੰ ਝਾਕਾ ਹੁੰਦਾ ਉਹ ਵੀ ਅੰਗਰੇਜ਼ੀ 'ਚ ਗੱਲ ਕਰਨ ਲਈ ਸੋ 2-2.5 ਮਹੀਨੇ ਅਸੀਂ ਉਹਨਾਂ 'ਤੇ ਉਸ ਚੀਜ਼ 'ਤੇ ਕਿਉਂਕਿ USA ਦੇ ਵਿੱਚ ਇੰਟਰਵਿਊ ਹੀ ਇੰਪੋਰਟੈਂਟ ਹੈ ਤੁਸੀਂ ਇੰਟਰਵਿਊ ਕਰੈਕ ਕਰਦੇ ਹੋ ਤੁਸੀਂ ਵੀਜ਼ਾ ਲੈਂਦੇ ਹੋ ਬੈਂਚਮਾਰਕ ਦੇ ਜਿੰਨੇ ਵੀ ਕੈਂਡੀਡੇਟਸ ਨੇ ਮੈਕਸੀਮਮ ਬੱਚੇ ਜਿਹੜੇ ਆ ਉਹ ਇੰਟਰਵਿਊ ਕਰੈਕ ਕਰ ਜਾਂਦੇ ਕਿਉਂਕਿ ਉਹਨਾਂ 'ਤੇ ਮਿਹਨਤ ਕੀਤੀ ਜਾਂਦੀ ਹੈ ਅਤੇ ਸਰ USA ਇੱਕ ਬਹੁਤ ਹੀ ਵੱਡੀ ਕੰਟਰੀ ਹੈ ਮੈਨੂੰ ਲੱਗਦਾ ਹੈ ਕਿ ਦਰਸ਼ਕਾਂ 'ਚੋਂ ਘੱਟ ਤੋਂ ਘੱਟ 90% ਲੋਕ USA ਜਾਣਾ ਹੀ ਚਾਹੁੰਦੇ ਹੋਣਗੇ ਲੇਕਿਨ ਇੱਕ ਪ੍ਰੋਫਾਈਲ ਹੁੰਦਾ ਸਿਲੈਕਟਿਵ ਜਿਹੜਾ ਕਿ ਤੁਹਾਨੂੰ ਜ਼ਿਆਦਾ ਚੰਗੀ ਪਛਾਣ ਹੈ ਕਿ ਕਿਹੋ ਜਿਹੇ ਬੱਚੇ ਲਈ ਜ਼ਿਆਦਾ ਆਸਾਨ ਹੈ USA ਜਾਣਾ ਅਤੇ ਕਿਹੋ ਜਿਹੇ ਬੱਚਿਆਂ ਲਈ ਦੀ ਜਿਹੜੀ ਪ੍ਰੋਫਾਈਲ ਹੈ ਉਹ ਸੂਟ ਕਰਦੀ ਹੈ USA ਜਾਣ ਲਈ ਅਮਰ ਜੀ ਰੋਜ਼ਾਨਾ ਸਾਡੇ ਕੋਲ ਅਨੇਕਾਂ ਕੁਐਰੀਜ਼ ਆਉਂਦੀਆਂ ਐਂਡ ਕਾਫੀ ਸਾਰੇ ਪ੍ਰੋਫਾਈਲ ਜਿਹੜੇ ਕਿਸੇ ਹੋਰ ਵੱਡੀ ਕੰਟਰੀ ਲਈ ਸੂਟੇਬਲ ਨਹੀਂ ਹੁੰਦੇ ਉਹ USA ਲਈ ਸੂਟੇਬਲ ਹੁੰਦੇ ਆ ਹੁਣ ਵੀ ਰੀਸੈਂਟਲੀ ਅਸੀਂ ਇੱਕ ਲੜਕੀ ਸੀਗੀ 84 ਬੋਰਨ ਠੀਕ ਹੈ ਅਤੇ ਆਸਟ੍ਰੇਲੀਆ ਦੇ ਵਿੱਚ ਸੀਗੀ 10 ਸਾਲਾਂ ਤੋਂ ਆਪਣਾ ਸਟੱਡੀ ਵੀਜ਼ਾ ਐਕਸਟੈਂਡ ਕਰਾਉਂਦੇ ਆ ਰਹੇ ਸੀਗੇ ਐਂਡ ਹੁਣ ਆਸਟ੍ਰੇਲੀਆ ਨੇ ਵੀ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਕਰਤੀ ਸੀਗੀ ਕਿ ਹੁਣ ਤੁਸੀਂ ਤੁਹਾਨੂੰ ਕੋਈ ਐਕਸਟੈਂਸ਼ਨ ਨਹੀਂ ਮਿਲ ਸਕਦੀ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਅਤੇ ਸਕਸੈਸਫੁਲੀ ਉਹਨਾਂ ਨੇ ਅਮੈਰੀਕਾ ਦਾ ਸਟੱਡੀ ਵੀਜ਼ਾ ਪ੍ਰਾਪਤ ਕੀਤਾ ਅਤੇ ਹੁਣ ਉਹ ਅਮੈਰੀਕਾ ਦੇ ਵਿੱਚ ਵੀਜ਼ਾ ਦੇਖਣਾ ਚਾਹੁੰਦੇ ਉਹਨਾਂ ਦੇ ਡਾਕੂਮੈਂਟਸ ਦੇਖਣਾ ਚਾਹੁੰਦੇ ਹੋ ਮੈਲਬੋਰਨ ਤੋਂ ਇਸ਼ੂ ਹੋਇਆ ਵੀਜ਼ਾ ਸਾਡੇ ਆਫਿਸ ਆ ਕੇ ਤੁਸੀਂ ਦੇਖ ਸਕਦੇ ਹੋ ਸੋ ਕਾਫੀ ਸਾਰੇ ਪ੍ਰੋਫਾਈਲਸ ਜਿਹਨਾਂ ਨੂੰ ਲੱਗਦਾ ਹੈ ਕਿ ਸਾਡਾ ਕੁਛ ਨਹੀਂ ਹੋ ਸਕਦਾ ਬੈਂਚਮਾਰਕ ਅਬਰੋਡ ਨਾਲ ਇੱਕ ਵਾਰੀ ਜ਼ਰੂਰ ਸੰਪਰਕ ਕਰੋ ਅਗਰ ਤੁਸੀਂ ਇੰਗਲਿਸ਼ ਬੋਲ ਸਕਦੇ ਹੋ ਤੁਹਾਡੀ ਜਿਹੜੀ ਬੋਡੀ ਲੈਂਗੁਏਜ ਹੈ ਉਹ ਮੈਟਰ ਕਰਦੀ ਹੈ ਅੰਬੈਸੀ ਦੇ ਵਿੱਚ ਜਦੋਂ ਬੱਚਾ ਕੋਈ ਦਰਵਾਜ਼ਾ ਖੋਲ੍ਹ ਕੇ ਵੀ ਅੰਦਰ ਆਉਂਦਾ ਮੈਨੂੰ ਪਤਾ ਲੱਗ ਜਾਂਦਾ ਕਿ ਇਹ USA ਦਾ ਪ੍ਰੋਡਕਟ ਹੈਗਾ ਕਿ ਨਹੀਂ ਹੈਗਾ ਸੋ ਇੱਕ ਵਾਰੀ ਸਾਨੂੰ ਜ਼ਰੂਰ ਆ ਕੇ ਮਿਲੋ ਤਾਂ ਕਿ ਅਸੀਂ ਤੁਹਾਡਾ USA ਜਾਣ ਦਾ ਉੱਥੇ ਪੜ੍ਹਨ ਦਾ ਉੱਥੇ ਸੈਟਲ ਹੋਣ ਦਾ ਜਿਹੜਾ ਸੁਪਨਾ ਆ ਉਹ ਸੱਚ ਕਰ ਸਕੀਏ ਅਤੇ ਸਰ ਸਭ ਤੋਂ ਵੱਡਾ ਡਰ ਜਿਹੜਾ ਕਿ ਬੱਚਿਆਂ ਦੇ ਦਿਮਾਗ ਦੇ ਵਿੱਚ ਜਾਂ ਦਰਸ਼ਕਾਂ ਦੇ ਪੇਰੈਂਟਸ ਦੇ ਦਿਮਾਗ 'ਚ ਹੁੰਦਾ ਹੈ ਰਿਫਿਊਜ਼ਲਸ ਜਾਂ ਗੈਪ ਅਤੇ ਜਿਹੜੇ ਬੱਚਿਆਂ ਦੇ ਬਹੁਤ ਸਾਰੇ ਰਿਫਿਊਜ਼ਲਸ ਲੱਗੇ ਹੋਣ ਸਭ ਤੋਂ ਪਹਿਲਾਂ ਅਸੀਂ ਉਹਨਾਂ ਬਾਰੇ ਗੱਲ ਕਰਾਂਗੇ ਇੱਕ ਅੱਧਾ ਰਿਫਿਊਜ਼ਲ ਲਵਾ ਕੇ ਜਿਹੜੇ ਬੈਠੇ ਨੇ ਉਹਨਾਂ ਬਾਰੇ ਦੱਸੋ ਦੇਖੋ ਜੀ ਆਸਟ੍ਰੇਲੀਆ ਕੈਨੇਡਾ ਜਾਂ ਕਿਸੇ ਹੋਰ ਵੱਡੀ ਕੰਟਰੀ ਤੋਂ ਤੁਸੀਂ ਰਿਫਿਊਜ਼ ਹੋ ਚੁੱਕੇ ਹੋ ਤੁਹਾਡਾ ਸਟੱਡੀ ਗੈਪ ਵੱਧ ਚੁੱਕਾ ਆ ਤੁਸੀਂ ਆਈਲੈਟਸ ਨਹੀਂ ਕਰ ਪਾਏ ਤੁਹਾਡੇ ਮਨ ਦੇ ਅੰਦਰ ਇੱਕ ਮਿੱਥ ਸੀਗੀ ਕਿ ਅਮੈਰੀਕਾ ਪੜ੍ਹਨਾ ਬੜਾ ਮਹਿੰਗਾ ਆ ਤਾਂ ਕਈ ਕਾਫੀ ਲੋਕ ਅਮੈਰੀਕਾ ਛੱਡ ਕੇ ਸਿੰਗਾਪੁਰ ਨੂੰ ਤੁਰ ਪੈਂਦੇ ਆ ਵੀ 4-5 ਲੱਖ ਦਾ ਬਜਟ ਹੈ ਅਤੇ ਇੱਥੇ ਬੈਂਚਮਾਰਕ ਅਬਰੋਡ ਇਸ ਚੀਜ਼ ਦਾ ਦਾਅਵਾ ਕਰਦਾ ਕਿ ਸਾਡੇ ਕੋਲ ਅਜਿਹੀਆਂ ਯੂਨੀਵਰਸਿਟੀਜ਼ ਕਾਲਜਿਸ ਨੇ ਜਿੱਥੇ ਤੁਸੀਂ ਸਾਲਾਨਾ 4-5 ਲੱਖ ਰੁਪਈਆ ਜਾਂ 3.5 ਲੱਖ ਰੁਪਇਆ ਤੋਂ ਵੀ ਫੀਸ ਸ਼ੁਰੂ ਹੋ ਜਾਂਦੀ ਹੈ ਚੰਗੀ ਯੂਨੀਵਰਸਿਟੀ ਦੀ ਤੁਸੀਂ ਕੈਲੀਫੋਰਨੀਆ ਦੀ ਚੰਗੀ ਯੂਨੀਵਰਸਿਟੀ 'ਚ 3.5 ਲੱਖ ਰੁਪਈਆ ਸਾਲਾਨਾ ਦੀ ਫੀਸ 'ਤੇ ਪੜ੍ਹ ਸਕਦੇ ਹੋ ਉਹ ਕੌਣ ਦੱਸੇਗਾ ਕਿਹੜੀ ਯੂਨੀਵਰਸਿਟੀ ਹੈ ਬੈਂਚਮਾਰਕ ਅਬਰੋਡ ਸਰ ਤੁਸੀਂ ਯੂਨੀਵਰਸਿਟੀਜ਼ ਦੀਆਂ ਗੱਲ ਕੀਤੀਆਂ ਨੇ ਅਤੇ ਆਈ ਐਮ ਸ਼ੋਰ ਮੈਨੂੰ ਲੱਗਦਾ ਪੂਰੇ ਦੇ ਪੂਰੇ ਪੰਜਾਬ ਨੂੰ ਪਤਾ ਕਿ ਤੁਹਾਡਾ ਹੋਲਡ ਹੈ ਕਾਫੀ ਯੂਨੀਵਰਸਿਟੀਜ਼ ਦੇ ਵਿੱਚ USA ਦੇ ਵਿੱਚ ਅਤੇ ਸਰ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਜਿਵੇਂ ਸਾਡੇ ਇੰਡੀਅਨਸ ਬਹੁਤ ਸਾਰੇ ਕੈਲੀਫੋਰਨੀਆ ਵਸੇ ਹੋਏ ਨੇ ਇੰਡੀਆਨਾ ਟੈਕਸਸ ਦੇ ਵਿੱਚ ਵਸੇ ਹੋਏ ਨੇ ਉੱਥੇ ਹੀ ਜਾਣਾ ਚਾਹੁੰਦੇ ਨੇ ਅਤੇ ਤੁਸੀਂ ਆਪਣਾ ਯੂਨੀਵਰਸਿਟੀ ਦਾ ਰਿਲੇਸ਼ਨਸ਼ਿਪ ਵਿਦ ਸਾਨੂੰ ਦੱਸੋ ਅਮਰ ਜੀ ਸਾਡਾ ਤਕਰੀਬਨ 450 ਯੂਨੀਵਰਸਿਟੀਜ਼ ਦੇ ਨਾਲ ਡਾਇਰੈਕਟ ਆਇਆ ਪਿਆ ਜਿੱਥੇ ਕਿ 4500 ਤੋਂ ਉੱਪਰ ਯੂਨੀਵਰਸਿਟੀਜ਼ USA ਦੇ ਵਿੱਚ ਹੈ 450 ਯੂਨੀਵਰਸਿਟੀਜ਼ ਉਹ ਜਿਨ੍ਹਾਂ ਦੇ ਵਿੱਚ ਆਪਾਂ ਨੂੰ SAT ACT ਨਹੀਂ ਚਾਹੀਦਾ GRE GMAT ਨਹੀਂ ਚਾਹੀਦਾ ਕਿਉਂਕਿ ਪੰਜਾਬ ਹਰਿਆਣਾ ਦਾ ਬੱਚਾ ਸਾਡੇ ਕੋਲ ਮੇਨ ਆਉਂਦਾ ਆ ਉਹ ਇਹਨਾਂ ਟੈਸਟਾਂ ਤੋਂ ਬਿਨਾਂ USA ਪੜ੍ਹਨਾ ਚਾਹੁੰਦੇ ਆ ਸੋ ਜਿਹੜੀਆਂ ਯੂਨੀਵਰਸਿਟੀਜ਼ ਇਹਨਾਂ ਚੀਜ਼ਾਂ ਦਾ ਵੇਵਰ ਦਿੰਦੀਆਂ ਆ ਉਹਨਾਂ ਦੇ ਨਾਲ ਅਸੀਂ ਟਾਈਅਪਸ ਬੜੇ ਵਧੀਆ ਰੱਖੇ ਹੋਏ ਨੇ ਸਾਨੂੰ ਐਡਮਿਸ਼ਨ ਪ੍ਰੋਸੈਸ 'ਚ ਵੀ ਕੋਈ ਖਾਸ ਪ੍ਰੋਬਲਮ ਨਹੀਂ ਆਉਂਦੀ ਸਾਡੀ ਜਿਹੜੀ ਐਡਮਿਸ਼ਨ ਟੀਮ ਹੈ 3 ਜਣਿਆਂ ਦੀ ਐਡਮਿਸ਼ਨ ਟੀਮ ਵੀ ਹੈ ਜਿਹੜੀ ਸਿਰਫ USA ਲਈ ਕੰਮ ਕਰਦੀ ਹੈ ਕਾਫੀ ਸਾਰੇ ਏਜੰਟਸ ਸਾਡੇ ਨਾਲ ਕੰਮ ਕਰਦੇ ਨੇ ਏਜੰਟਸ ਜੁੜੇ ਹੋਏ ਨੇ ਜਿਹੜੇ USA ਸਾਡੇ 'ਤੇ ਟਰੱਸਟ ਕਰਕੇ ਸਾਡੇ ਤੋਂ USA ਦੀਆਂ ਐਡਮਿਸ਼ਨਸ ਲੈਂਦੇ ਨੇ ਆਪਣੇ ਬੱਚਿਆਂ ਦੀ ਜਿਹੜੀ ਇੰਟਰਵਿਊ ਦੀ ਪ੍ਰੈਪਰੇਸ਼ਨ ਹੈ ਉਹ ਵੀ ਸਾਡੇ ਤੋਂ ਕਰਵਾਉਂਦੇ ਨੇ ਸੋ ਮੈਂ ਇੱਥੇ ਜਿਹੜੇ ਏਜੰਟਸ ਨੂੰ USA ਬਾਰੇ ਨਹੀਂ ਪਤਾ ਹੈ ਜਾਂ ਉਹ ਕਰ ਸਾਡੇ ਨਾਲ ਪ੍ਰਮੋਟ ਕਰਨਾ ਚਾਹੁੰਦੇ ਮੈਂ ਉਹਨਾਂ ਨੂੰ ਵੀ ਵੈਲਕਮ ਕਰਦਾ ਕਿ ਸਾਡੇ ਨਾਲ ਰਾਬਤਾ ਕਾਇਮ ਕਰਨ ਤਾਂ ਕਿ ਅਗਰ ਉਹਨਾਂ ਨੇ USA ਪ੍ਰਮੋਟ ਕਰਨਾ ਤਾਂ ਇੱਕ ਸਹੀ ਤਰੀਕੇ ਦੇ ਨਾਲ ਉਹ ਪ੍ਰਮੋਟ ਕਰਨ ਨਾ ਕਿ ਬੱਚਿਆਂ ਦੇ ਕਰੀਅਰ ਦੇ ਨਾਲ ਐਕਸਪੈਰੀਮੈਂਟ ਕਰਕੇ ਅਤੇ ਸਪਾਊਸ ਵੀਜ਼ਾ ਸਰ ਬੜੇ ਲੋਕ ਨੇ ਜਿਹੜੇ ਕਿ ਵਿਆਹ ਕਰਾ ਚੁੱਕੇ ਨੇ ਬਾਅਦ 'ਚੋਂ ਵੀ ਪੜ੍ਹਨਾ ਚਾਹੁੰਦੇ ਪੜ੍ਹਾਈ ਨਹੀਂ ਰੋਕਣਾ ਚਾਹੁੰਦੇ ਮੈਡਮ ਮੈਂ ਨਾ ਇੰਨੇ ਸਾਲ ਹੋ ਗਏ ਇਸ ਇੰਡਸਟਰੀ ਦੇ ਵਿੱਚ ਕੰਮ ਕਰਦੇ ਹਾਂ ਅਤੇ ਮੈਨੂੰ ਕਈ ਵਾਰੀ ਇਸ ਗੱਲ ਦਾ ਬੜਾ ਹਾਸਾ ਆਉਂਦਾ ਆ ਕਿ ਸਾਨੂੰ ਲੱਗਦਾ ਵੀ ਪੰਜਾਬ 'ਚ ਲੋਕ ਵਿਆਹ ਹੀ ਜਿਹੜਾ ਆ ਉਹ ਬਾਹਰ ਜਾਣ ਲਈ ਕਰਾ ਰਹੇ ਆ ਜਿੰਨੇ ਪ੍ਰੋਫਾਈਲ ਆਉਂਦੇ ਆ ਲੜਕੀ ਨੇ ਆਈਲੈਟਸ ਕੀਤਾ ਹੋਇਆ ਲੜਕਾ ਵਿਆਹ ਕਰਾ ਕੇ ਆ ਰਿਹਾ ਜਾਂ ਵਿਆਹ ਉਹਨੇ ਲੜਕੇ ਨੇ ਆਈਲੈਟਸ ਕੀਤਾ ਅਤੇ ਇਕੱਠੇ ਜਾਣਾ ਚਾਹੁੰਦੇ ਆ ਵਿਆਹ ਵੀ ਇੱਕ ਵਾਇਆ ਮੀਡੀਆ ਬਣਿਆ ਹੋਇਆ ਆ ਬਾਹਰ ਜਾਣ ਦੇ ਕਰਕੇ ਸੋ ਜਿਹੜੇ ਲੋਕ ਅਮੈਰੀਕਾ ਦੇ ਵਿੱਚ ਆਪਣੀ ਵਾਈਫ ਦੇ ਨਾਲ ਜਾਂ ਆਪਣੇ ਸਪਾਊਸ ਦੇ ਨਾਲ ਜਾਣ ਦਾ ਸੁਪਨਾ ਦੇਖਦੇ ਆ ਜਾਂ ਆਪਣੇ ਬੱਚਿਆਂ ਨੂੰ ਵੀ ਉੱਥੇ ਨਾਲ ਲੈ ਕੇ ਜਾਣਾ ਚਾਹੁੰਦੇ ਆ ਉਹ ਵੀ ਬੈਂਚਮਾਰਕ ਟੀਮ ਦੇ ਨਾਲ ਸੰਪਰਕ ਕਰ ਸਕਦੇ ਆ ਬਟ ਸ਼ਰਤ ਸਾਡੀ ਸਿਰਫ ਇੰਨੀ ਰਹਿੰਦੀ ਆ ਕਿ ਅਸੀਂ ਪਹਿਲਾਂ ਇੱਕ ਜਿਹੜਾ ਮੇਨ ਐਪਲੀਕੈਂਟ ਹੈ ਉਹਨੂੰ ਟਰੈਵਲ ਕਰਾਵਾਂਗੇ ਉਸ ਤੋਂ ਬਾਅਦ ਸਪਾਊਸ ਦਾ F2 ਐਂਡ ਬੱਚਿਆਂ ਦਾ ਵੀ F2 ਵੀਜ਼ਾ ਹਾਸਲ ਕਰਾਂਗੇ ਉਹ ਵੀ ਸੇਮ ਡਿਊਰੇਸ਼ਨ ਦਾ 5 ਸਾਲ ਦਾ
ਤੇ ਮੈਨੂੰ ਲੱਗਦਾ ਹੈ ਪਰਮਪ੍ਰੀਤ ਸਿੰਘ ਜੀ ਨਾਲ ਗੱਲ ਕਰਕੇ ਲੱਗ ਰਿਹਾ ਕਿ USA ਜਾਣਾ ਕਿੰਨਾ ਆਸਾਨ ਹੈ। ਜੇ ਤੁਹਾਡੇ ਕੋਲ ਆਇਲਟਸ ਨਹੀਂ ਹੈ ਤੁਸੀਂ ਜਾ ਸਕਦੇ ਹੋ, ਜੇ ਤੁਹਾਡਾ ਬਹੁਤ ਗੈਪ ਆ ਗਿਆ ਤਾਂ ਵੀ ਤੁਸੀਂ ਜਾ ਸਕਦੇ ਹੋ, ਜੇ ਮੈਨੂੰ ਲੱਗਦਾ ਰਿਫਿਊਜ਼ਲ ਵੀ ਲੱਗ ਗਏ ਨੇ ਤਾਂ ਵੀ ਪਰਮਪ੍ਰੀਤ ਸਿੰਘ ਜੀ ਤੁਹਾਨੂੰ ਭੇਜ ਸਕਦੇ। ਤਾਂ ਮੈਨੂੰ ਲੱਗਦਾ ਹੈ ਕਾਫੀ ਆਸਾਨ ਕਰਤਾ ਤੁਸੀਂ ਦਰਸ਼ਕਾਂ ਲਈ। ਜੇ ਬਜਟ ਘੱਟ ਹੈ ਤਾਂ ਵੀ ਜਾ ਸਕਦੇ ਹੋ, ਬਜਟ ਘੱਟ ਹੈ ਤਾਂ ਵੀ ਜਾ ਸਕਦੇ ਹੋ। ਬੈਂਚਮਾਰਕ ਅਬਰਾਡ ਇੱਕ ਬ੍ਰਿਜ ਟੂ ਸਕਸੈਸ ਹੈ ਤੁਹਾਡਾ ਅਮਰੀਕਾ ਵਾਸਤੇ। ਬਿਲਕੁਲ, ਤੇ ਤੁਸੀਂ ਸਾਡਾ ਸ਼ੋਅ ਦੇਖਦੇ ਰਹੋ ਤੇ ਪਰਮਪ੍ਰੀਤ ਸਿੰਘ ਜੀ ਨੂੰ ਅਸੀਂ ਬੁਲਾਉਂਦੇ ਰਵਾਂਗੇ ਤੇ ਪੁੱਛਦੇ ਰਵਾਂਗੇ USA ਬਾਰੇ। ਤੇ ਆਈ ਐਮ ਸ਼ੋਰ ਇਹ ਹੋਰ ਵੀ ਬਹੁਤ ਕੰਟਰੀਜ਼ ਦੇ ਵਿੱਚ, ਅਸੀਂ ਬਹੁਤ ਕੰਟਰੀਜ਼ ਐਕਸਪਰਟ ਹਾਂ ਜੀ, ਸਿਰਫ USA ਨਹੀਂ। ਅਗਰ ਤੁਹਾਡੇ ਕੈਨੇਡਾ ਦਾ ਰਿਫਿਊਜ਼ਲ ਆ ਚੁੱਕਾ ਤਾਂ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਹੋਰ ਕੰਟਰੀਆਂ ਅਗਲੀਆਂ ਵੀਡੀਓਜ਼ ਜਿਹੜੀਆਂ ਤੁਹਾਡੇ ਨਾਲ ਸ਼ੂਟ ਕਰਾਂਗੇ, ਅਗਲੇ ਸ਼ੋਅਜ਼ ਤੁਹਾਡੇ ਨਾਲ ਹੋਰ ਨੌਲੇਜ ਸਾਂਝੀ ਕਰਦੇ ਰਹਾਂਗੇ ਵੱਖ ਵੱਖ ਕੰਟਰੀਆਂ ਨੂੰ ਲੈ ਕੇ। ਅੱਜ ਦਾ ਇਹ ਸ਼ੋਅ ਸਮਰਪਿਤ ਸੀਗਾ USA ਨੂੰ ਲੈ ਕੇ। ਬਹੁਤ ਚੰਗਾ ਲੱਗਦਾ ਆ ਜਦੋਂ ਇੱਦਾਂ ਦੀ ਇਨਫੋਰਮੇਸ਼ਨ ਉਹਨਾਂ ਕੰਨਾਂ ਤੱਕ ਪਹੁੰਚਦੀ ਹੈ ਜਿਹੜੇ ਬੱਚੇ ਵਿਚਾਰੇ ਹਤਾਸ਼ ਬੈਠੇ ਹੁੰਦੇ ਆ, ਜਿਹੜੇ ਜਿਨ੍ਹਾਂ ਦੇ ਘਰ ਦੇ ਮਾਯੂਸ ਬੈਠੇ ਹੁੰਦੇ ਆ, ਅਤੇ ਉਹਨਾਂ ਨੂੰ ਇੱਕ ਜਿਹੜਾ ਨਜ਼ਰ ਆਉਂਦਾ ਆ ਕਿ ਕੋਈ ਨਾ ਕੋਈ ਸਾਨੂੰ ਜਿਹੜਾ ਟੌਰਚ ਬੇਅਰਰ ਹੈਗਾ ਆ ਜਿਹੜਾ ਸਾਨੂੰ ਸਾਡੀ ਮੰਜ਼ਿਲ ਤੱਕ ਪਹੁੰਚਾ ਸਕਦਾ। ਅਤੇ ਪਰਮਪ੍ਰੀਤ ਸਿੰਘ ਜੀ, ਹੁਣ ਤੁਹਾਨੂੰ ਬਹੁਤ ਕਾਲਜ਼ ਆਉਣ ਵਾਲੇ, ਹੁਣ ਤੁਸੀਂ ਪਹੁੰਚਾਉਣਾ ਹੈ ਲੋਕਾਂ ਨੂੰ USA। ਡੈਫੀਨੇਟਲੀ ਜੀ, ਅਸੀਂ ਸੇਵਾ 'ਚ ਹਾਜ਼ਰ ਹਾਂ ਐਂਡ ਬੜੇ ਸਹੀ ਤਰੀਕੇ ਦੇ ਨਾਲ ਮੇਰੇ ਦਫ਼ਤਰ ਦੇ ਵਿੱਚ ਬੈਂਚਮਾਰਕ ਅਬਰਾਡ ਦੇ ਚੰਡੀਗੜ੍ਹ ਜਾਂ ਜਲੰਧਰ ਦਫ਼ਤਰ 'ਚ ਆ ਕੇ ਤੁਹਾਨੂੰ ਇਹ ਨਹੀਂ ਲੱਗੇਗਾ ਕਿ ਤੁਸੀਂ ਕਿਸੇ ਠੱਗੀ ਦਾ ਸ਼ਿਕਾਰ ਹੋਏ ਹੋ। ਤੁਹਾਨੂੰ ਤੁਹਾਡੀ ਮੰਜ਼ਿਲ ਤੱਕ ਪਹੁੰਚਣ 'ਚ ਤੁਹਾਡੀ ਮਦਦ ਕਰਾਂਗੇ। ਅਤੇ ਰਾਹ ਪਰਦੇਸਾਂ ਨੂੰ ਦੇ ਅਗਲੇ ਐਪੀਸੋਡ 'ਚ ਅਸੀਂ ਬਹੁਤ ਛੇਤੀ ਮਿਲਦੇ ਹਾਂ। ਧੰਨਵਾਦ। ਧੰਨਵਾਦ ਜੀ।